ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਭਾਗਾਂ ਵਾਲਿਆਂ ਨੂੰ ਪ੍ਰਮਾਤਮਾ ਇਹ ਸੇਵਾ ਬਖਸ਼ਦਾ ਐਨੀ ਹਿੰਮਤ ਬਖਸ਼ਦਾ ਇਹਨਾਂ ਬਲ ਬਖਸ਼ਦਾ ਕਿ ਇੱਕ ਪ੍ਰਾਣੀ ਇੱਕ ਮਨੁੱਖ ਗੁਰੂ ਘਰ ਜਾਵੇ ਅਤੇ ਜਿਹੜੇ ਤਾਂ ਹਰ ਰੋਜ਼ ਹੀ ਗੁਰੂ ਘਰ ਜਾਂਦੇ ਨੇ ਉਹਨਾਂ ਨੂੰ ਤਾਂ ਆਪਣੇ ਆਪ ਨੂੰ ਬੇहद ਵੱਡ ਭਾਗੀ ਸਮਝਣਾ ਚਾਹੀਦਾ ਹੈ ਇਸ ਤੋਂ ਵੱਡੀ ਖੁਸ਼ਕਿਸਮਤੀ ਦੀ ਨਿਸ਼ਾਨੀ ਕੀ ਹੋ ਸਕਦੀ ਹੈ ਕਿ ਇੱਕ ਮਨੋਖੜ ਨੂੰ ਹਰ ਰੋਜ਼ ਗੁਰੂ ਘਰ ਜਾਣਾ ਮਿਲੇ ਕਈ ਤਾਂ ਗੁਰੂ ਘਰ ਜਾ ਕੇ ਵੀ ਇਹ ਕਹੀ ਜਾਂਦੇ ਆ ਕਿ ਭਾਈ ਮੈਂ ਤਾਂ ਬੜਾ ਬਾਦਕਿਸਮਤ ਆ ਬਾਦਕਿਸਮਤ ਹੁੰਦਾ ਤਾਂ ਠੀਕੀ ਤੇ ਜਾਂਦਾ ਬਾਦਕਿਸਮਤ ਹੁੰਦਾ ਤਾਂ ਕਿਸੇ ਭੈੜੀ ਜਗ੍ਹਾ ਤੇ ਬੈਠਾ ਹੁੰਦਾ ਤੂੰ ਆਂ ਦੀਨ ਦੁਨੀਆ ਦੇ ਦਰਬਾਰ ਗੁਰੂ ਮਹਾਰਾਜ ਫਰਮਾਉਂਦੇ ਨੇ ਮੰਦ ਭਾਗੀ ਤੇਰੋ ਦਰਸ਼ਨ ਨਾਹੀ ਇਹ ਤਾਂ ਤੇਰੇ ਬੜੇ ਹੀ ਚੰਗੇ ਭਾਗ ਨੇ ਤੇ ਜੇ ਜਿਸ ਤੂੰ ਇਸ ਸਥਾਨ ਤੇ ਆਇਆ ਹੈ ਭਾਈ ਜਿਵੇਂ ਅਸੀਂ ਮਨੁੱਖ ਹੋਣ ਦੇ ਨਾਂ ਤੇ ਵੀ ਕਹਿੰਨੇ ਕਈ ਵਾਰੀ ਸਾਡੇ ਚ ਬਹੁਤੇ ਕਹਿੰਦੇ ਨੇ ਨਹੀਂ ਜੀ ਮੇਰੇ ਤਾਂ ਭਾਗ ਹੀ ਬੜੇ ਮਾੜੇ ਨੇ ਮਾੜੇ ਭਾਗ ਹੁੰਦੇ ਤਾਂ ਭਾਈ ਕਿਸੇ ਕੁੱਕਰ ਦੀ ਸ਼ੁਕਰ ਦੀ ਗਰਦਬ ਦੀ ਜੁਨੀ ਵਿੱਚ ਹੁੰਦੇ ਫਿਰ ਇਨਸਾਨ ਥੜਾ ਹੋਣਾ ਸੀ ਮਨੁੱਖ ਹੋਣਾ ਇੱਕ ਬੇਹੱਦ ਵੱਡੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਰੱਬ ਨੇ ਸਾਨੂੰ ਤ੍ਰਿਗਦ ਜੁਨੀ ਨਹੀਂ ਪਾਇਆ ਮਨੁੱਖ ਦੀ ਜੁਨੀ ਚ ਪਾਇਆ ਫਿਰ ਗੁਰੂ ਦੇ ਦਰਬਾਰ ਦਰਸ਼ਨ ਹੋ ਜਾਣੇ ਖੁਸ਼ਕਿਸਮਤੀ ਦੀ ਹੀ ਨਿਸ਼ਾਨੀ ਹੈ ਇਹ ਬਦਕਿਸਮਤੀ ਦੀ ਗੱਲ ਨਹੀਂ ਹੋ ਸਕਦੀ ਫਿਰ ਜਿਹੜਾ ਸੰਗਤ 'ਚ ਬਹਿ ਗਿਆ ਉਹਦੇ ਤਾਂ ਹੋਰ ਵੀ ਭਾਗ ਵੱਡੇ ਨੇ ਕਿਉਂਕਿ ਬਿਨ ਭਾਗਾ ਸਤ ਸੰਗਤ ਨਾ ਲੱਭੈ ਤੇ ਜਦੋਂ ਇਸ ਤਰ੍ਹਾਂ ਸੁਭਾਗ ਪ੍ਰਾਪਤ ਹੋਵੇ ਤੇ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਕੁਝ ਪ੍ਰਾਪਤ ਕਰਕੇ ਜਾਈਏ ਅਸਾਂ ਇੱਥੇ ਇੱਕ ਗੱਲ ਹੋਰ ਕਈ ਵਾਰੀ ਆਪਾਂ ਕਿਸੇ ਨੂੰ ਮੂਰਖ ਦੱਸਦੇ ਆਂ ਤੇ ਕਿਸੇ ਨੂੰ ਸਿਆਣਾ ਇੱਕ ਵਾਰ ਗੁਰੂ ਘਰ ਦੇ ਪ੍ਰਚਾਰਕ ਸਿੰਘ ਨੇ ਕਿਸੇ ਦੂਜੇ ਮਹਾਂਪੁਰਸ਼ ਨਾਲ ਗੱਲਬਾਤ ਕਰਦੇ ਕਿਸੇ ਹੋਰ ਬੰਦੇ ਦਾ ਜ਼ਿਕਰ ਕੀਤਾ ਕਿ ਬਾਬਾ ਜੀ ਫਲਾਣਾ ਸਿੰਘ ਤਾਂ ਬੜਾ ਮੂਰਖ ਹੈ ਤੇ ਉਹ ਮਹਾਂਪੁਰਸ਼ ਨੇ ਉੱਤਰ ਦਿੱਤਾ ਕਿ ਭਾਈ ਉਹ ਮੂਰਖ ਨਹੀਂ ਉਹ ਸ਼ੈਤਾਨ ਹੈ ਮੂਰਖ ਤੇ ਸਿਆਣੇ ਦੀ ਡੈਫੀਨੇਸ਼ਨ ਸਾਨੂੰ ਬਹੁਤਿਆਂ ਨੂੰ ਪਤਾ ਨਹੀਂ ਹੁੰਦੀ ਅੱਛਾ ਅੱਗੇ ਬਾਬਾ ਜੀ ਕਹਿੰਦੇ ਕਿ ਭਾਈ ਮੂਰਖੋ ਹੁੰਦਾ ਜੋ ਆਪਣਾ ਕਰ ਲਟਾਵੇ ਤੇ ਦੂਜਿਆਂ ਦੇ ਕਰਾਂਚ ਜਿਹੜਾ ਤੀਲੀ ਲਾਉਂਦਾ ਫਿਰਦਾ ਹੈ ਫੁੱਕੀ ਲਾਉਂਦਾ ਫਿਰਦਾ ਉਹ ਤਾਂ ਸ਼ੈਤਾਨ ਹੁੰਦਾ ਹੈ ਸ਼ੈਤਾਨ ਟੂਟੀ ਫਿਰ ਉਹਨਾਂ ਨੇ ਇੱਕ ਗੱਲ ਸੁਣਾਈ ਕਹਿੰਦੇ ਕਿ ਇੱਕ ਆਦਮੀ ਕਹਿੰਦਾ ਹੈ ਕਿ ਭਾਈ ਸਾਡੀ ਮਾਤਾ ਬੜੀ ਕਮਲੀ ਹੈ ਕਹਿੰਦੇ ਕਿਵੇਂ ਭਾਈ ਕਹਿੰਦੇ ਕਿ ਲੋਕਾਂ ਦੇ ਭਾਂਡੇ ਚੋਕ ਕੇ ਕਰ ਲਿਆ ਆਉਂਦੀ ਹੈ ਕਹਿੰਦੇ ਕਮਲੀ ਤਾਂ ਤਾਂ ਹੋਈ ਜੇ ਆਪਣੇ ਬਾਹਰ ਸੁੱਟ ਕੇ ਆਵੇ ਕਦੇ ਸੁੱਟੇ ਨੇ ਬਾਹਰ ਕਮਲੀ ਕਿਵੇਂ ਹੋਗੀ ਕਮਲਾ ਉਹ ਹੈ ਜੋ ਆਪਣਾ ਘਰ ਗਵਾਉਂਦਾ ਕਮਲਾ ਉਹ ਨਹੀਂ ਜੋ ਲੋਕਾਂ ਦਾ ਘਰ ਝਾੜ ਕੇ ਆਪਣਾ ਘਰ ਪਰਦਾ ਹੈ ਇਸ ਤਰ੍ਹਾਂ ਕਰਨ ਵਾਲਾ ਤਾਂ ਸ਼ਾਤਰ ਹੈ ਸ਼ੈਤਾਨ ਹੈ ਸੋ ਆਪਾਂ ਨੂੰ ਮੂਰਖ ਤੇ ਸਿਆਣੇ ਦੀ ਡੈਫੀਨੇਸ਼ਨ ਨਹੀਂ ਪਤਾ ਪਰ ਜਦੋਂ ਕਦੇ ਵਿਦਵਾਨਾਂ ਦੀ ਗੱਲਬਾਤ ਸੁਣੀ ਉਹਨਾਂ ਕੋਲ ਬੈਠੀਏ ਸੱਤੀ ਪਹਿਰੀ ਸਤਪੜਾ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਸਮਝਾਉਂਦੀ ਹੈ ਕਿ ਮੂਰਖ ਉਹ ਹੈ ਜਿਹੜਾ ਸਿਆਣੇ ਕੋਲੋਂ ਵੀ ਕੁਝ ਨਹੀਂ ਸਿੱਖਦਾ ਤੇ ਸਿਆਣਾ ਉਹ ਹੈ ਜਿਹੜਾ ਮੂਰਖ ਕੋਲੋਂ ਵੀ ਕੁਝ ਨਾ ਕੁਝ ਸਿੱਖ ਲੈਂਦਾ ਦੇਖੋ ਅਸੀਂ ਕਿੱਡੇ ਵੱਡੇ ਮੂਰਖ ਸਾਬਤ ਹੋ ਜਾਨੇ ਆ ਐਡੇ ਵੱਡੇ ਦਰਬਾਰ ਆ ਕੇ ਐਡੇ ਵੱਡੇ ਸਥਾਨ ਆ ਕੇ ਵੀ ਕੁਝ ਨਹੀਂ ਸਿੱਖਦੇ ਸਿਆਣਾ ਉਹ ਹੈ ਜੋ ਮੂਰਖ ਤੋਂ ਵੀ ਸਿੱਖ ਲੈਂਦਾ ਇੱਕ ਇਹ ਉਹ ਜੋ ਦੁਨੀਆ ਦੀਨ ਦੁਨੀਆ ਦੇ ਐਡੇ ਵੱਡੇ ਦਰਬਾਰ 'ਚ ਬੈਠੇ ਤੇ ਕੁਝ ਵੀ ਨਾ ਸਿੱਖੇ ਤੇ ਉਹਨੂੰ ਅਸੀਂ ਵੀ ਫਿਰ ਵੀ ਕਹੀ ਜਾਈਏ ਕਿ ਭਾਈ ਇਹ ਸਿਆਣਾ ਹੈ ਉਹ ਤੇ ਮੂਰਖ ਹੈ ਭਾਈ ਮੂਰਖ ਸਿੱਖਣ ਵਾਲਾ ਹੀ ਸਿਆਣਾ ਹੁੰਦਾ ਔਰ ਉਹ ਸਤਿਗੁਰੂ ਜੀ ਦਾ ਜੋ ਤਰੀਕਾ ਸਮਝਾਉਂਦਾ ਉਹ ਐਡਾ ਵੱਡਾ ਹੈ ਸਤਗੁਰ ਪਿਤਾ ਪਰਮੇਸ਼ਵਰ ਜੀ ਜਦੋਂ ਸਾਨੂੰ ਕੋਈ ਸਮਝਾਉਂਦੇ ਨੇ ਸਾਡੇ ਬਿਲਕੁਲ ਨਿਸ਼ਦੀਆਂ ਗੱਲਾਂ ਕਰਦੇ ਨੇ ਨਜ਼ਦੀਕ ਦੀਆਂ ਨੇੜੇ ਦੀਆਂ ਕਰੀਬ ਦੀਆਂ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ ਬੜੇ ਸਾਡੇ ਆਲੇ-ਦੁਆਲੇ ਦੇ ਜਿਹੜੇ ਪਸ਼ੂ ਪੰਛੀ ਨੇ ਬਨਸਪਤੀ ਹੈ ਜਿਹੜੇ ਜਿਹੜੇ ਸਾਡੇ ਕਰੀਬ ਦੇ ਰਿਸ਼ਤੇਦਾਰ ਨੇ ਸਾਰੀਆਂ ਉਦਾਹਰਨਾਂ ਗੁਰਬਾਣੀ ਦੇ ਵਿੱਚ ਉਹੀ ਨੇ ਭੈਣਾ ਭਰਾਵਾਂ ਦੀਆਂ ਉਦਾਹਰਨਾਂ ਨੇ ਕੁੜਮਾਂ ਦੀਆਂ ਪਤੀ ਪਤਨੀ ਦੀਆਂ ਉਦਾਹਰਨਾਂ ਮਾਤਾ ਪਿਤਾ ਦੀਆਂ ਦੋਸਤਾਂ ਮਿੱਤਰਾਂ ਦੀਆਂ ਉਦਾਹਰਨਾਂ ਨੇ ਸਤਗੁਰ ਸਾਨੂੰ ਬੜਾ ਸੌਖਾ ਕਰਕੇ ਸਮਝਾਉਂਦੇ ਨੇ ਤਾਂ ਕਿ ਅਸੀਂ ਸਿਰਫ ਇਹਨਣਾ ਸ਼ੁਰੂ ਕਰ ਦਈਏ ਕਿ ਵਾਹਿਗੁਰੂ ਮੇਰੇ ਤਾਂ ਪੱਲੇ ਕੁਝ ਪਿਆਈ ਨਹੀਂ ਹਾਂ ਪਹਿਲੇ ਪਹਿਲ ਹੋ ਸਕਦਾ ਹੈ ਕਿ ਕੁਝ ਸਮਝ ਨਾ ਲੱਗੇ ਪਰ ਜਦ ਨਿਤਨੇਮ ਕਰੋਗੇ ਨਿਤ ਕਰੋਗੇ ਨੇਮ ਬਣ ਜਾਵੇਗਾ ਵਾਹਿਗੁਰੂ ਜੀ ਖੁਦ ਸਮਝਾਉਣਗੇ ਇਤਨੀ ਬੁੱਧੀ ਬਖਸ਼ਣਗੇ ਇਤਨਾ ਬਲ ਬਖਸ਼ਣਗੇ ਕਿ ਸਮਝਣ ਲੱਗ ਸਮਝਣ ਲੱਗਣ ਲੱਗ ਜਾਵੇ ਜਦੋਂ ਸਤਗੁਰ ਬਾਣੀ ਚ ਸਮਝਾਉਂਦੇ ਨੇ ਕਿ ਰੱਬ ਤੇਰੀ ਮਾਂ ਵਰਗਾ ਹੈ ਰੱਬ ਤੇਰੇ ਪਿਤਾ ਵਰਗਾ ਹੈ ਰੱਬ ਤਾਂ ਤੈਨੂੰ ਪੈਣਾ ਪਾਈਆਂ ਵਾਂਗ ਪਿਆਰ ਕਰਦਾ ਹੈ ਪਾਉ ਨੂੰ ਵੱਧ ਤੇਰੇ ਨੇੜੇ ਹੈ ਜਿਹਨਾਂ ਰਿਸ਼ਤਿਆਂ ਦੀ ਗੱਲ ਇਹਨਾਂ ਦਾ ਸੱਚ ਸਾਨੂੰ ਸਮਝਣਾ ਆਉਂਦਾ ਹੋਵੇ ਫਿਰ ਤਾਂ ਗੱਲ ਵੱਖਰੀ ਹੈ ਪਰ ਇਹ ਤਾਂ ਸਾਡੇ ਖਰੀਦ ਦੀਆਂ ਗੱਲਾਂ ਨੇ ਅੱਜ ਵੀ ਕਈ ਕਹਿੰਦੇ ਨੇ ਸਾਡੀ ਆਪਣੀ ਉਦਾਹਰਨ ਨਾ ਦਿੱਤੀ ਜਾਵੇ ਜੇ ਸਾਡੀ ਆਪਣੀ ਉਦਾਹਰਨ ਦਿੱਤੀ ਜਾਵੇ ਤਾਂ ਗੱਲ ਨਹੀਂ ਬਣਦੀ ਕੌਣ ਕਿੱਡਾ ਵੱਡਾ ਹੈ ਕੌਣ ਕਿੱਡਾ ਛੋਟਾ ਇਹਦੀ ਤੁਲਨਾ ਤਾਂ ਕਰਕੇ ਦੱਸਣੀ ਪਵੇਗੀ ਨਾ ਅੱਜ ਸਾਡੀ ਸਮੱਸਿਆ ਕੀ ਹੈ ਸੀ ਪੂਰਾ ਸੋਹਦੇ ਹੀ ਨਹੀਂ ਸਦਾ ਮਨਪੜਕਦਰੀਂ ਦਾ ਅਗਲੀ ਦੀ ਗੱਲ ਪੂਰੀ ਹੋਣ ਹੀ ਨਹੀਂ ਦਿੰਦੇ ਇੱਕ ਸਿਆਣੇ ਪੁਰਸ਼ ਦੇ ਸ਼ਬਦ ਨੇ ਉਹਨੇ ਕਿਹਾ ਹੈ ਕਿ ਕਿਸੇ ਕੋਲ ਸਮਾਂ ਨਾ ਹੋਵੇ ਤੇ ਉਹਨੂੰ ਗੱਲ ਸਮਝਾਉਣ ਦਾ ਕੋਈ ਫਾਇਦਾ ਨਹੀਂ ਉਹਨੂੰ ਗੱਲ ਸਮਝਾਉਣੀ ਸ਼ੁਰੂ ਕਰਨੀ ਨਹੀਂ ਚਾਹੀਦੀ ਕਿਉਂਕਿ ਉਹ ਨੇਦੀ ਸੁਣਨੀ ਹੈ ਤੇ ਉਦੋਂ ਬਾਅਦ ਤੁਹਾਨੂੰ ਸ਼ਜਦ ਵਿੱਚ ਪਾ ਕੇ ਛੱਟ ਦੇਣਾ ਇੱਕ ਬੜੇ ਵਿਦਵਾਨ ਕੀਰਤਨੀਆਂ ਨੇ ਸਟੇਜ ਤੇ ਬੈਠੇ ਕੀਰਤਨ ਕਰ ਰਹੇ ਸਨ ਤੇ ਪਿੱਛੋਂ ਕੋਈ ਉਹਨਾਂ ਦੇ ਕੰਨ ਚ ਜਾ ਕੇ ਕਹਿਣ ਲੱਗਿਆ ਕਿ ਬਾਬਾ ਜੀ ਆ ਦੱਸੂਗੀ ਉਹ ਕਹਿੰਦੇ ਬਿਲਕੁਲ ਨਹੀਂ ਦੱਸਾਂਗਾ ਕਿਉਂ ਨਹੀਂ ਦੱਸੂਗੀ ਜੀ ਕਹਿੰਦੇ ਵੀ ਤੂੰ ਇਸ ਸਵਾਲ ਨੂੰ ਬਣਾਉਣ ਲਈ ਕਿੰਨਾ ਸਮਾਂ ਲਾਇਆ ਕਿੰਨਾ ਟਾਈਮ ਲੱਗਿਆ ਤੈਨੂੰ ਇਹ ਸਵਾਲ ਕਰਨ ਲਈ ਤੇ ਮੈਨੂੰ ਕੋਈ ਨਾ ਬੈਠਾ ਬੈਠਾ ਜਵਾਬ ਦੇ ਦਵਾ ਇਹਦੇ ਜਵਾਬ ਦੇਣ ਲਈ ਮੈਨੂੰ ਵੀ ਤੇ ਸਮਾਂ ਚਾਹੀਦਾ ਨਾ ਤਾਂ ਕਿ ਮੈਂ ਪ੍ਰੋਪਰ ਜਵਾਬ ਦੇ ਸਕਾਂ ਤੇਰੇ ਸਵਾਲਾਂ ਦਾ ਦਲੀਲ ਦੇ ਨਾਲ ਤਾਂ ਕਿ ਤੈਨੂੰ ਗੱਲ ਵੀ ਸਮਝਾ ਸਕੀ ਤੇ ਤੇਰੇ ਕੋਲ ਵੀ ਅੱਗੇ ਉਹਨਾਂ ਸਮਾਂ ਹੋਵੇ ਨਾ ਬਾਅਦ ਵਿੱਚ ਕੀਪਤਾ ਮੈਨੂੰ ਕਿੰਨਾ ਸਮਾਂ ਲੱਗ ਜਾਣਾ ਤੈਨੂੰ ਸਮਝਾਉਣ ਲਈ ਸੋਏ ਸਮਾਂ ਜਦੋਂ ਸਤਿਗੁਰ ਸਾਨੂੰ ਬਖਸ਼ਦੇ ਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਵਰਤੀਏ ਇਸ ਦਾ ਭਰਪੂਰ ਲਾਹਾ ਲਈਏ ਗੁਰੂ ਘਰੋਂ ਕੁਝ ਸਿੱਖੀਏ ਆਪਣਾ ਜੀਵਨ ਹਮੇਸ਼ਾ ਸਫਲਾ ਕਰਕੇ ਜਾਇਆ ਕਰੀਏ ਆਪਣੇ ਕਰਮਾਂ ਨੂੰ ਬਿਹਤਰ ਕਰ ਸਕੀਏ ਕੱਲ੍ਹ ਨਾਲੋਂ ਆਪਣੇ ਆਪ 'ਚ ਅੱਜ ਕੁਝ ਸੁਧਾਰ ਮਹਿਸੂਸ ਕਰ ਸਕੀਏ ਕਿਉਂਕਿ ਇਹ ਸਮਾਂ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ ਪਰ ਜੇ ਬਖਸ਼ਿਸ਼ ਹੋਵੇ ਤਾਂ ਇਸ ਨੂੰ ਸਫਲਾਉਣ ਦਾ ਯਤਨ ਕਰਿਆ ਕਰੀਏ ਇਸ ਦੇ ਵਾਸਤੇ ਸਾਵਧਾਨ ਹੋਣਾ ਤੇ ਇਕਾਗਰ ਹੋਣਾ ਬੇहद ਜ਼ਰੂਰੀ ਹੈ ਇਹ ਦੋ ਗੱਲਾਂ ਸਭ ਤੋਂ ਜ਼ਿਆਦਾ ਪ੍ਰਮੁੱਖ ਗੱਲਾਂ ਨੇ ਹੁਣ ਐਵੇਂ ਕਈ țeḍḍi-miḍḍe ਜੋ ਕੇ ਬੈਠ ਜਾਣਗੇ ਗੁਰੂ ਘਰਾਂ ਦੇ ਵਿੱਚ ਕਈ ਲੰਮੇ ਪੈ ਜਾਣਗੇ ਚਲੋ ਜਿਸ ਦੀ ਤਾਂ ਕੋਈ ਸਮੱਸਿਆ ਹੋ ਤਾਂ ਸਮਝਾਉਂਦੀ ਹੈ ਪਰ ਜੋ ਤਾਂ ਤੰਦਰੁਸਤ ਹੈ ਉਹ ਤਾਂ ਇਸ ਤਰ੍ਹਾਂ ਨਾ ਕਰਨਾ ਸੋਚੀਏ ਸਹੀ ਤਰੀਕੇ ਨਾਲ ਬੈਠੀਏ ਤਾਂ ਕਿ ਗੱਲ ਸਾਨੂੰ ਸਮਝਾ ਸਕੇ ਇਹ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਸੱਚ ਨੇ ਜਦੋਂ ਵੀ ਸਾਨੂੰ ਕੋਈ ਗੱਲ ਸਮਝਾਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਆਪਾਂ ਥੋੜਾ ਖਿਸਕ ਕੇ ਨੇੜੇ ਜਿ ਹੋ ਜਾਂਦੇ ਹਾਂ ਉਦੋਂ ਅਗਲੇ ਨੂੰ ਵੀ ਬਥਰ ਲੱਗਦਾ ਕਿ ਭਾਈ ਇਸ ਨੂੰ ਗੱਲ ਦੇ ਵਿੱਚ ਇੰਟਰਸਟ ਹੈ ਜੇ ਸਾਵਧਾਨ ਰਹੀਏ ਕਾਗਰ ਰਹੀਏ ਕੱਲੀ-ਕੱਲੀ ਗੱਲ ਸਮਝਾਉਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪ੍ਰਕਰਮਾਂ 'ਚ ਸਾਡਾ ਸਾਰਾ ਜੀਵਨ ਬਤਿਤ ਹੁੰਦਾ ਹੈ ਕੀ ਇਹ ਗੱਲ ਸੱਚ ਨਹੀਂ ਕਿ ਜਦ ਸਾਡੇ ਮਾਤਾ-ਪਿਤਾ ਦਾ ਵਿਆਹ ਹੋਇਆ ਸੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਹੀ ਹੋਇਆ ਸੀ ਜਦ ਬੱਚੇ ਦੀ ਉਮੈਦਵਾਰੀ ਵੀ ਹੋਈ ਸੀ ਤਦ ਵੀ ਉਹ ਜਾ ਕੇ ਗੁਰੂ ਮਹਾਰਾਜੀ ਦੇ ਅੱਗੇ ਅਰਦਾਸਾਂ ਕਰਦੇ ਸੀ ਚਲੋ ਅਰਦਾਸਾਂ ਤਾਂ ਹਰੀ ਗਣੇ ਆਪਣੀ ਮਤ ਦੇ ਮੁਤਾਬਕ ਕੀਤੀ ਹੁੰਦੀਆਂ ਨੇ ਕਿਸੇ ਨੇ ਕਿਹਾ ਹੋਵੇਗਾ ਕਿ ਬਾਬਾ ਜੀ ਸੁੰਦਰ ਔਲਾਦ ਹੋਵੇ ਕਿਸ ਨੇ ਅਰਦਾਸ ਕੀਤੀ ਹੋਣੀ ਹੈ ਵਾਹਿਗੁਰੂ ਜੀ ਬੱਚਾ ਬੜਾ ਬੁੱਧੀਮਾਨ ਹੋਵੇ ਕਿਸੇ ਨੇ ਕਿਹਾ ਹੋਵੇਗਾ ਕਿ ਬਾਬਾ ਜੀ ਬੱਚਾ ਗੁਰਸਿੱਖੀ ਹੋਵੇ ਤੇਰੀ ਭਜਨ ਬੰਦਗੀ ਕਰਨ ਵਾਲਾ ਹੋਵੇ ਤੇਰਾ ਨਾ ਪ੍ਰੇਮ ਪਿਆਰ ਕਰਨ ਵਾਲਾ ਹੋਵੇ ਤੇ ਕਿਸੇ ਨੇ ਕਿਹਾ ਹੋਵੇਗਾ ਕਿ ਬਾਬਾ ਜੀ ਐਸਾ ਬੱਚਾ ਬਖਸ਼ੋ ਕਿ ਜੋ ਕੋਲ ਨੂੰ ਦਾਗ ਨਾ ਲਾਵੇ ਕਿਸ ਨੇ ਕਹਾਵੇਗਾ ਕਿ ਐਸਾ ਬੱਚਾ ਬਖਸ਼ੂ ਜੋ ਤੇਰੀ ਕੌਮ ਦਾ ਧਰਮ ਦਾ ਨਾਮ ਰੋਸ਼ਨ ਕਰੇ ਐਸੀ ਬਖਸ਼ਿ ਸਾਡੇ ਕਰ ਕਰੇ ਸਾਡੇ ਚ ਬਹੁਤ ਜਣ ਉਤ ਅਰਦਾਸ ਵੀ ਨਹੀਂ ਕਰਨੀ ਆਉਂਦੀ ਸਾਨੂੰ ਪਤਾ ਹੀ ਨਹੀਂ ਕੀ ਮੰਗਣਾ ਪ੍ਰਭੂ ਪਰਮਾਤਮਾ ਤੋਂ ਸੋ ਜਦੋਂ ਵੀ ਆਪਾਂ ਗੁਰੂ ਘਰ ਜਾਣਾ ਆਪਾਂ ਇਕਾਗਰ ਹੋ ਕੇ ਸਾਵਧਾਨ ਹੋ ਕੇ ਬੈਠੀਏ ਤਾਂ ਕਿ ਸਾਨੂੰ ਗੁਰੂ ਮਹਾਰਾਜ ਦੀ ਕਲੀ ਕਲੀ ਗੱਲ ਸਮਝਾਵੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਹਰ ਇੱਕ ਚੀਜ਼ ਦਿੰਦੇ ਨੇ ਜਿਸ ਚੀਜ਼ ਦੀ ਆਪਾਂ ਉਹਨਾਂ ਦੇ ਕੀ ਕਾਮਨਾ ਕਰਦੇ ਹਾਂ ਪਰ ਮਨ ਦਾ ਸੱਚਾ ਸੁੱਚਾ ਹੋਣਾ ਬੜਾ ਜ਼ਰੂਰੀ ਹੈ। ਸੋ ਵਾਹਿਗੁਰੂ ਆਪਾਂ ਸਭ ਨੂੰ ਮਾਤਮਕਸ਼ਣ ਸਾਡੀ ਸਭ ਦੀ ਲਿਵ ਵਾਹਿਗੁਰੂ ਜੀ ਨਾਲ ਲੱਗੇ ਆਪਾਂ ਸਭ ਨੂੰ ਗੁਰੂ ਘਰ ਜਾਣ ਦੀ ਤਾਕਤ ਬਖਸ਼ਣ ਪ੍ਰਮਾਤਮਾ ਜੀ ਸਭ ਨੂੰ ਸਤ ਸੰਗਤ ਵਿੱਚ ਬੈਠਣ ਦਾ ਸੁਭਾਗ ਬਖਸ਼ਣ ਅਤੇ ਸਭ ਦੀਆਂ ਮੁਸੀਬਤਾਂ ਹਰ ਲੈਣ ਸਭ ਦੀਆਂ ਔਕੜਾਂ ਦਾ ਹੱਲ ਕਰਨ ਗੁਰੂ ਮਹਾਰਾਜ ਜੀ ਅੱਜ ਇੰਨੇ ਕ ਸ਼ਬਦ ਪ੍ਰਵਾਨ ਕਰਨਾ ਇੰਨੇ ਕ ਸ਼ਬਦਾਂ ਦੀ ਸਾਂਝ ਦੌਰਾਨ ਕਈ ਪ੍ਰਕਾਰ ਦੀਆਂ ਭੁੱਲਾਂ ਝੁੱਕਾਂ ਹੋਈਆਂ ਹੋਣਗੀਆਂ ਮੁਆਫ ਕਰਨਾ ਆਓ ਗੱਜ ਕੇ ਫਤਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਕਮਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰਪ੍ਰਸਾਦ ਇਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰਪ੍ਰਸਾਦ ਇਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ